ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲੀ ਵਾਰ ਅੰਮ੍ਰਿਤਸਰ ਵਿੱਚ ਗੱਤਕਾ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਸਿੱਖ ਨੌਜਵਾਨਾਂ ਨੂੰ ਗੱਤਕੇ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਗਈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ SGPC ਦੇ ਅਧਿਕਾਰੀ ਨੇ ਦੱਸਿਆ ਕਿ ਪਹਿਲੀ ਵਾਰ ਹੋ ਰਿਹਾ ਹੈ ਕਿ ਗੱਤਕਾ ਮੁਕਾਬਲੇ ਕਰਵਾਏ ਜਾ ਰਹੇ ਹਨ, ਜਿਸ ਵਿੱਚ ਸਿੱਖ ਬੱਚਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਇਹ ਜਾਣਨ ਦੀ ਪੂਰੀ ਕੋਸ਼ਿਸ਼ ਕੀਤੀ ਹੈ ਕਿ ਕਿਹੜਾ ਸ਼ਸਤਰ ਕਿਸ ਜਗ੍ਹਾ ਉੱਤੇ ਕੰਮ ਆ ਸਕਦਾ ਹੈ। ਉੱਥੇ ਉਹਨਾਂ ਨੇ ਦੱਸਿਆ ਕਿ ਮੁਗਲਾਂ ਦੇ ਸਮੇਂ 'ਤੇ ਕਿਸ ਤਰ੍ਹਾਂ ਨਾਲ ਕਿਲ੍ਹੇ ਨੂੰ ਤੋੜ ਕੇ ਅੰਦਰ ਵੜਿਆ ਜਾਂਦਾ ਸੀ, ਇਸ ਦੇ ਬਾਰੇ ਵੀ ਨੌਜਵਾਨਾਂ ਨੂੰ ਜਾਣਕਾਰੀ ਦਿੱਤੀ ਗਈ ਹੈ, ਜਿਸ ਨੂੰ ਨੌਜਵਾਨਾਂ ਨੇ ਬੜੀ ਹੀ ਦਿਲਚਸਪੀ ਦੇ ਨਾਲ ਸੁਣਿਆ ਅਤੇ ਦੇਖਿਆ। ਅਰਦਾਸ ਡਾਕਟਰ ਮਨਮੋਹਨ ਸਿੰਘ ਭਾਗੋਵਾਲੀਆ, ਸਾਬਕਾ ਡਾਇਰੈਕਟਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੱਜ ਇਹ ਜਿਹੜੇ ਮੁਕਾਬਲੇ ਕਰਵਾਏ ਜਾ ਰਹੇ ਨੇ ਇਹ ਆਮ ਪਰੰਪਰਾਗਤ ਜਿਹੜੇ ਮੁਕਾਬਲੇ ਹੁੰਦੇ ਉਹਨਾਂ ਤੋਂ ਹਟ ਕੇ ਹੈ, ਕਿਉਂਕਿ ਆਮ ਤੌਰ 'ਤੇ ਦੇਖਿਆ ਜਾਂਦਾ ਕਿ ਸ਼ਸਤਰ ਨੂੰ ਘੁਮਾਉਣ ਤੱਕ ਸੀਮਿਤ ਨੇ ਸਾਰੇ ਖਿਡਾਰੀ ਜਿਹੜੇ ਨੇ, ਲੇਕਿਨ ਜਿਹੜਾ ਸ਼ਸਤਰ ਦੀ ਟੈਕਨੀਕਲੀ ਕਿੱਥੇ ਵਰਤਿਆ ਜਾਂਦਾ, ਉਹਦੀ ਤਸੀਰ ਕੀ ਆ, ਉਹਦੀ ਤਰਤੀਬ ਕੀ ਆ, ਉਹਦੀ ਬਣਤਰ ਕੀ ਆ, ਉਹਦੀ ਕਿਉਂ ਬਣਤਰ ਹੈ, ਉਹ ਕਿਵੇਂ ਵਰਤਿਆ ਜਾ ਸਕਦਾ, ਕਿਹੜੇ ਵਾਰ ਵਾਸਤੇ ਵਰਤਿਆ ਜਾ ਸਕਦਾ, ਕਿਹੜੀ ਚੀਜ਼ ਵਾਸਤੇ ਵਰਤਿਆ ਜਾ ਸਕਦਾ। ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਰਾਜਪੂਤ ਦੇ ਨਾਲ ਬਿਊਰੋ ਰਿਪੋਰਟ, KTV।